ਇਹ ਸਾਡੀ ਜਿਹੜੀ ਫਿਲਮ ਹੈਗੀ ਆ ਜਾ ਮੈਕਸੀਕੋ ਚਲੀਏ। ਇਹ ਇੱਕ ਫੈਮਿਲੀ ਫਿਲਮ ਹੈਗੀ। ਇਸ ਫਿਲਮ 'ਚ ਇੱਕ ਇੱਕ ਘੰਟਾ ਅੱਧਾ ਅੱਧਾ ਘੰਟਾ ਬ੍ਰੇਕ ਹੋਈ ਹੈ ਕਿ ਅਸੀਂ ਆਪ ਅਥਰੂਆਂ ਨਾਲ ਰੋਂਦੇ ਰਹੇ। ਜਦੋਂ ਪਾਕਿਸਤਾਨੀ ਪ੍ਰੋਡਿਊਸਰ ਆਉਂਦਾ ਨਾ, ਉਹਦੀਆਂ ਯਾਦਾਂ ਰਹਿ ਜਾਂਦੀਆਂ ਨੇ। ਪਹਿਲੀ ਗੱਲ ਤਾਂ ਸਾਡੇ ਬੰਦਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਫਿਲਮ ਜਿਹੜੀ ਹੈ ਉਹ ਸਿਰਫ ਪਾਕਿਸਤਾਨ ਲਈ ਨਹੀਂ ਹੈਗੀ। ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਫਿਲਮ ਪਾਕਿਸਤਾਨ ਲਈ ਨਹੀਂ, ਪੂਰੀ ਦੁਨੀਆ ਲਈ ਬਣਾਉਣੀ ਚਾਹੀਦੀ ਹੈ। ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ, ਤੁਹਾਨੂੰ ਪਤਾ ਹੈਗਾ ਕਿ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਸਾਨੂੰ ਬਹੁਤ ਪਿਆਰ ਕਰਦੇ ਨੇ, ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ। ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਦੇ ਦੋਵੇਂ ਸ਼ੂਟ ਇੱਥੇ ਹੀ ਹੋਣਗੇ। ਮੇਰਾ ਨਾਂ ਹੈਗਾ, ਮੇਰੇ ਪਾਕਿਸਤਾਨ ਦਾ ਨਾਂ ਹੈਗਾ। ਇਹ ਫਿਲਮ 'ਚ ਇਹ ਦੱਸਿਆ ਗਿਆ ਹੈਗਾ ਕਿ ਲੀਗਲ ਤਰੀਕੇ ਨਾਲ ਅਗਰ ਤੁਸੀਂ ਜਾਓਗੇ ਨਾ, ਉਹਦੇ ਨਾਲ ਤੁਸੀਂ ਆਪ ਪਰੇਸ਼ਾਨ ਹੋਵੋਗੇ ਅਤੇ ਨਾ ਤੁਹਾਡੇ ਮਾਂ ਬਾਪ ਪਰੇਸ਼ਾਨ ਹੋਣਗੇ। ਕੰਮ ਕਰੋ, ਸੜੋ ਨਾ। ਹਾਂਜੀ, ਸਾਡੀ ਜਿਹੜੀ ਫਿਲਮ ਹੈਗੀ, ਸਭ ਤੋਂ ਪਹਿਲੇ ਤਾਂ ਸਾਰਿਆਂ ਨੂੰ ਵੈਲਕਮ, ਬਟ ਥੈਂਕ ਯੂ ਬਹੁਤ ਤੁਹਾਡੀ ਮੁਹੱਬਤ ਦਾ, ਤੁਹਾਡੇ ਪਿਆਰ ਦਾ, ਕਿ ਤੁਸੀਂ ਸਾਰੇ ਆਏ ਔਰ ਸਾਨੂੰ ਸਪੋਰਟ ਕਰ ਰਹੇ ਤੁਸੀਂ ਇਸ ਚੀਜ਼ ਦੀ। ਇਹ ਸਾਡੀ ਜਿਹੜੀ ਫਿਲਮ ਹੈਗੀ ਆ ਜਾ ਮੈਕਸੀਕੋ ਚਲੀਏ। ਇਹ ਇੱਕ ਫੈਮਿਲੀ ਫਿਲਮ ਹੈਗੀ ਔਰ ਜਿਹੜੀ ਮੇਨ ਬਾਤ ਹੈਗੀ ਇਹਦੀ ਫਿਲਮ ਦੀ ਕਿ ਇਹ ਦੇਖੋ ਇੱਕ ਮੈਸੇਜ ਹੈਗਾ ਕਿ ਜਿਹੜੇ ਲੋਕ ਡੰਕੀ ਲਵਾ ਕੇ ਜਾਂਦੇ ਨੇ, ਮਤਲਬ ਕਿ ਲੀਗਲ ਤਰੀਕੇ ਨਾਲ ਨਹੀਂ ਜਾਂਦੇ ਬਾਹਰ, ਇਹ ਫਿਲਮ 'ਚ ਇਹ ਦੱਸਿਆ ਗਿਆ ਹੈਗਾ ਕਿ ਲੀਗਲ ਤਰੀਕੇ ਨਾਲ ਅਗਰ ਤੁਸੀਂ ਜਾਓਗੇ ਨਾ, ਉਹਦੇ ਨਾਲ ਤੁਸੀਂ ਆਪ ਪਰੇਸ਼ਾਨ ਹੋਵੋਗੇ ਅਤੇ ਨਾ ਤੁਹਾਡੇ ਮਾਂ ਬਾਪ ਪਰੇਸ਼ਾਨ ਹੋਣਗੇ। ਤੋ ਏਜੰਟ ਤੁਹਾਨੂੰ ਦੱਸ ਤਾਂ ਦਿੰਦਾ ਹੁੰਦਾ ਕਿ ਤੁਸੀਂ ਪਹੁੰਚ ਜਾਓਗੇ, ਤੁਸੀਂ ਅਮੈਰੀਕਾ ਜਾਂ ਕੈਨੇਡਾ ਜਾਂ ਕਿਸੇ ਜਗ੍ਹਾ ਤੋਂ ਜਾਣਾ ਚਾਹੁੰਦੇ ਹੋ, ਚਲੇ ਜਾਓਗੇ। ਲੇਕਿਨ ਉਹ ਰਸਤੇ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਨੇ, ਜਿਹੜੀ ਟੈਨਸ਼ਨਾਂ ਹੁੰਦੀਆਂ ਨੇ, ਉਹ ਨਹੀਂ ਪਤਾ ਹੁੰਦਾ ਬੰਦੇ ਨੂੰ ਕਿ ਇਹ ਬਾਅਦ 'ਚ ਟੈਨਸ਼ਨਾਂ ਕਿਉਂ ਆਉਂਦੀਆਂ ਨੇ। ਅਗਰ ਫਰਜ਼ ਕਰੋ ਕਿ ਗਰੁੱਪ ਜਾਂਦਾ 40 ਬੰਦੇ ਦਾ ਗਰੁੱਪ ਜਾਂਦਾ, ਤਾਂ ਜ਼ਰੂਰੀ ਨਹੀਂ ਕਿ 40 ਪਹੁੰਚਣ ਉੱਥੇ। ਉਹਦੇ 'ਚ ਹੋ ਸਕਦਾ ਕਿ 5-10 ਪਹੁੰਚਣ ਅਤੇ ਬਾਕੀ ਨਹੀਂ ਪਹੁੰਚਦੇ ਹੁੰਦੇ, ਕਿਉਂਕਿ ਰਸਤੇ ਅਸੀਂ ਐਜ਼ ਏ ਮਤਲਬ ਫਿਲਮ ਦੇ ਜ਼ਰੀਏ ਅਸੀਂ ਜੋ ਮਤਲਬ ਹਲਕੇ ਅਸੀਂ ਫਿਲਮ ਕੀਤੀ ਹੈਗੀ, ਐਕਟ ਕੀਤਾ ਹੈਗਾ, ਲੇਕਿਨ ਸਾਨੂੰ ਇਹ ਪਤਾ ਲੱਗਿਆ ਹੈਗਾ ਕਿ ਇਹ ਐਕਟ 'ਚ ਵੀ ਪਤਾ ਲੱਗਿਆ ਹੈਗਾ ਕਿ ਇਹ ਬੜਾ ਮੁਸ਼ਕਿਲ ਰਸਤਾ ਹੈਗਾ ਇਸ ਰਸਤੇ ਜਾਣਾ। ਅਤੇ ਇਸ ਫਿਲਮ ਦੀ ਥੀਮ, ਇਸ ਫਿਲਮ ਦਾ ਮਕਸਦ ਇਹ ਹੀ ਬਣਾਉਣ ਦਾ, ਐਮੀ ਵਿਰਕ ਪ੍ਰੋਡਕਸ਼ਨ ਜਿਹੜੀ ਹੈਗੀ ਉਹ ਪ੍ਰੋਡਕਸ਼ਨ ਦਾ ਮਕਸਦ ਹੀ ਹੈਗਾ ਸਾਡੇ ਇਸ ਮੈਸੇਜ ਦੇ ਨਾਲ। ਅਗਰ 2-4 ਬੱਚੇ ਵੀ ਨਾ ਜਾਣ ਇਹ ਸੋਚ ਕੇ ਕਿ ਰਸਤਾ ਬਹੁਤ ਇਸ ਤਰ੍ਹਾਂ ਦਾ ਹੈਗਾ ਕਿ ਇਸ ਰਸਤੇ 'ਚ ਬੰਦਾ ਨਹੀਂ ਜਾ ਸਕਦਾ, ਅਤੇ ਸਾਡੀ ਇਹ ਜਿੱਤ ਹੈਗੀ, ਇਸ ਫਿਲਮ ਦੀ ਜਿੱਤ ਹੈਗੀ, ਯਾਨੀ ਕਿ ਅਸੀਂ ਜੋ ਮਿਹਨਤ ਕੀਤੀ ਹੈਗੀ ਇਸ ਫਿਲਮ ਦੇ ਉੱਤੇ, ਸਾਡੇ ਤਕਰੀਬਨ ਕੋਈ 1.5 ਮਹੀਨਾ ਲੱਗਿਆ ਸੀ ਸ਼ੂਟ ਕੀਤਾ, ਅਤੇ ਉਹ ਸ਼ੂਟ ਮਤਲਬ ਕਿ ਇਸ ਚੀਜ਼ ਦਾ ਕਿ ਹਲਕੇ ਅਸੀਂ ਐਕਟ ਕੀਤਾ ਹੈਗਾ, ਅਤੇ ਮੈਂ ਵਿਖਾਉਣਾ ਚਾਹੁੰਦਾ ਕਿ ਇਹ ਨਿਸ਼ਾਨੀਆਂ ਇਸ ਫਿਲਮ ਦੀਆਂ ਨੇ ਕਿ ਅਸੀਂ ਐਕਟ ਕੀਤਾ ਹੈਗਾ ਅਤੇ ਸਾਡੇ ਨਾਲ ਕੀ ਹੋਇਆ ਹੈਗਾ ਕਿ ਇਸ ਫਿਲਮ ਦੇ ਇਮੋਸ਼ਨ ਮਤਲਬ ਸ਼ੂਟ ਕਰਦੇ ਹਾਂ। ਇਸ ਫਿਲਮ 'ਚ ਇੱਕ ਇੱਕ ਘੰਟਾ ਅੱਧਾ ਅੱਧਾ ਘੰਟਾ ਬ੍ਰੇਕ ਹੋਈ ਹੈ ਕਿ ਅਸੀਂ ਆਪ ਅਥਰੂਆਂ ਨਾਲ ਰੋਂਦੇ ਰਹੇ ਕਿ ਯਾਰ ਅੱਲਾ ਕਰੇ ਇਹ ਫਿਲਮ ਲੋਕਾਂ ਨੂੰ ਸਮਝ 'ਚ ਆਏ ਅਤੇ ਲੋਕ ਇਸ ਰਸਤੇ ਨਾ ਜਾਣ। ਅੱਛਾ ਨਾਸਿਰ ਸਾਹਿਬ, ਮਾਸ਼ਾਅੱਲਾ, ਆਪ ਪਹਿਲੇ ਸਟੇਜ 'ਤੇ ਛਾਏ, ਫਿਰ ਟੀ ਵੀ 'ਤੇ ਛਾਏ, ਉਸਕੇ ਬਾਅਦ ਆਪ ਫਿਲਮ ਇੰਡਸਟਰੀ ਮੇਂ ਤੋ ਐਸਾ ਛਾ ਰਹੇ ਹੈ ਕਿ ਲੋਕ ਆਪ ਲੋਕੋਂ ਕੀ ਫਿਲਮੋਂ ਕਾ ਇੰਤਜ਼ਾਰ ਕਰ ਰਹੇ ਹੋਤੇ ਹੈਂ, ਲੋਕੋਂ ਕੀ ਇਸ ਮੁਹੱਬਤ ਕਾ ਕਿਸ ਤਰ੍ਹਾਂ ਜਵਾਬ ਦੇਣਾ ਚਾਹੇਂਗੇ ਆਪ? ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਆਪਣੇ ਮਾਲਕ ਦਾ ਸ਼ੁਕਰ ਅਦਾ ਕਰਦਾ, ਅੱਲਾ ਪਾਕ ਦਾ, ਅਤੇ ਦੂਸਰਾ ਆਪਣੇ ਜਿਹੜੀ ਸਾਡੀ ਪਾਕਿਸਤਾਨੀ ਆਵਾਮ ਹੈ, ਇਸ ਨੂੰ ਇੰਨਾ ਪਿਆਰ ਕਰਦੀ ਹੈ। ਦੇਖੋ, ਪਹਿਲਾ ਸਟੈਪ ਤਾਂ ਇਹ ਹੀਗਾ ਕਿ ਮਾਲਕ ਨੇ ਇੱਥੋਂ ਕਰਮ ਕੀਤਾ ਅਤੇ ਹਰ ਜਗ੍ਹਾ ਦੇ ਉੱਤੇ ਰਹਿਮਤ ਹੋਈ। ਅਤੇ ਫਿਲਮ ਦੇ ਵਿੱਚ, ਫਿਲਮ ਇੰਡਸਟਰੀ ਦੇ ਵਿੱਚ ਮਤਲਬ ਗੱਲ ਪਿਆਰ ਦੀ ਮੁੱਕਦੀ ਹੁੰਦੀ ਹੈ, ਅਤੇ ਇਹ ਸਿਰਫ ਸਾਡੇ ਜਿਹੜੇ ਚਾਹਣ ਵਾਲੇ ਨੇ ਸਾਨੂੰ ਪਿਆਰ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਮੈਂ ਕਰਨਾ ਚਾਹੁੰਦਾ। ਕਾਮਯਾਬ ਹੋਣੇ ਕੇ ਲਈ ਹਮਸਾਏ ਮੁਲਕ ਕਾ ਟੈਗ ਲਗਾਉਣਾ ਬਹੁਤ ਜ਼ਰੂਰੀ ਹੋ ਗਿਆ ਹਮਾਰੀ ਇੰਡਸਟਰੀ ਕੇ ਲਈ? ਨਹੀਂ, ਟੈਗ ਨਹੀਂ ਲਗਾਉਣਾ। ਦੇਖੋ, ਮੇਰੀ ਗੱਲ ਸੁਣੋ, ਤੁਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਲਿਆ ਕਰੋ ਕਿ ਰੱਬ ਨੇ ਤੁਹਾਡੇ 'ਤੇ ਕਿੰਨੀ ਰਹਿਮਤ ਕੀਤੀ ਕਿ ਹਮਸਾਇਆ ਇੰਡਸਟਰੀ ਵੀ ਤੁਹਾਡੇ ਫਨਕਾਰਾਂ ਨੂੰ ਲੈ ਕੇ ਐਸਾ ਸਰਵਾਈਵ ਕਰ ਰਹੀ ਹੈ। ਅਤੇ ਸਾਨੂੰ, ਹਾਂਜੀ, ਇਸ ਲਈ ਕਿ ਸਾਡੇ ਮੁਲਕ ਦੀ ਇੱਜ਼ਤ ਹੈ, ਪਾਕਿਸਤਾਨ ਦੀ ਇੱਜ਼ਤ ਹੈ, ਔਰ ਮੈਂ ਕਹਿੰਦਾ ਕਿ ਸਾਡਾ ਇਸ ਮਤਲਬ ਉਸ ਇੰਡਸਟਰੀ ਨਾਲ ਜੁੜਨਾ, ਸਾਡੀ ਇੰਡਸਟਰੀ ਨੂੰ ਇਨਸ਼ਾਅੱਲਾ ਤਾਲਾ ਅਸੀਂ ਸਟੈਂਡ ਕਰਾਂਗੇ, ਸਟੈਂਡ ਕਰਾਂਗੇ। ਸਰ, ਆਪ ਵੀ ਸਮਝਦੇ ਜਿਸ ਤਰ੍ਹਾਂ ਆਪਨੇ ਕਿਹਾ ਕਿ ਫਨਕਾਰੋਂ ਕੇ ਸਾਥ, ਇੰਡੀਅਨ ਫਨਕਾਰੋਂ ਕੇ ਸਾਥ ਮਿਲਕਰ ਕਾਮ ਕਰਨਾ ਇੱਕ ਅੱਛੀ ਚੀਜ਼ ਹੈ, ਤੋ ਮੋਸਟਲੀ ਫਿਲਮ ਮੇਂ ਹਮਾਰੇ ਫਨਕਾਰ ਹੋਤੇ ਹੈ ਪਾਕਿਸਤਾਨ ਕੇ ਔਰ ਉਨਕੇ ਏਕ ਦੋ ਹੋਤੇ ਹੈਂ, ਤੋ ਹਮ ਪਾਕਿਸਤਾਨ ਮੇਂ ਐਸੀ ਅੱਛੀ ਮਿਆਰੀ ਫਿਲਮੇਂ ਨਹੀਂ ਪ੍ਰੋਡਿਊਸ ਕਰ ਸਕਤੇ ਜੋ ਕਾਮੇਡੀ ਵੀ ਹੋ, ਜਿਸਮੇਂ ਸੈਂਟੀਮੈਂਟਸ ਵੀ ਹੋ, ਇਮੋਸ਼ਨਸ ਵੀ ਹੋ। ਅਸਲ ਪਤਾ ਕੀ ਗੱਲ ਹੈਗੀ ਕਿ ਸਾਡੇ ਕੋਲ ਜਦੋਂ ਪਾਕਿਸਤਾਨੀ ਪ੍ਰੋਡਿਊਸਰ ਆਉਂਦਾ ਨਾ, ਉਹਦੀਆਂ ਯਾਦਾਂ ਰਹਿ ਜਾਂਦੀਆਂ ਨੇ ਕਿ ਭਾਈ ਨੇ ਇਹ ਕੀਤਾ ਸੀ, ਇਹ ਕੀਤਾ ਸੀ, ਅਸੀਂ ਉਹ ਕੀਤਾ ਸੀ। ਅਤੇ ਜਦੋਂ ਸਾਡੇ ਕੋਲ ਪਹੁੰਚਦੇ ਨੇ, ਤਾਂ ਇਨਸ਼ਾਅੱਲਾ ਤਾਲਾ ਉਹਨਾਂ ਦੇ ਪ੍ਰੋਪਰ ਬੇੜੇ ਗਰਕ ਹੋ ਚੁੱਕੇ ਹੁੰਦੇ ਨੇ। ਅਤੇ ਉਹ ਫਿਲਮ ਜਿਹੜੀ ਇਹ ਪਾਕਿਸਤਾਨੀ ਫਿਲਮ, ਪਹਿਲੀ ਗੱਲ ਤਾਂ ਸਾਡੇ ਬੰਦਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਫਿਲਮ ਜਿਹੜੀ ਹੈ ਉਹ ਸਿਰਫ ਪਾਕਿਸਤਾਨ ਲਈ ਨਹੀਂ ਹੈਗੀ, ਫਿਲਮ ਪੂਰੀ ਦੁਨੀਆ ਲਈ ਆਉਂਦੀ ਹੈ। ਪੂਰੀ ਦੁਨੀਆ ਲਈ ਫਿਲਮ ਬਣਾਓ, ਪੂਰੀ ਉਸ ਬਾਹਰ ਇੰਡਸਟਰੀ, ਕੋਈ ਇੰਡਸਟਰੀ ਲੈ ਲਓ, ਉਹ ਪੂਰੀ ਦੁਨੀਆ ਲਈ ਫਿਲਮ ਬਣਾਉਂਦੀ ਹੈ। ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਫਿਲਮ ਪਾਕਿਸਤਾਨ ਲਈ ਨਹੀਂ, ਪੂਰੀ ਦੁਨੀਆ ਲਈ ਬਣਾਉਣੀ ਚਾਹੀਦੀ ਹੈ। ਤੁਹਾਡਾ ਆਪਣਾ ਕਲਚਰ, ਤੁਹਾਡੀ ਆਪਣੀ ਗੱਲ ਪੂਰੀ ਦੁਨੀਆ ਨੂੰ ਵਿਖਾਉਣੀ ਚਾਹੀਦੀ ਹੈ। ਸਾਨੂੰ ਉਹ ਹੀ ਪਲੈਨਿੰਗ ਕਰਨੀ ਚਾਹੀਦੀ ਹੈ ਜਿਹੜੇ ਸਾਰੇ ਕਰਦੇ ਨੇ, ਸਾਰੀ ਦੁਨੀਆ ਦੀ ਫਿਲਮ। ਅੱਜ ਇਹ ਫਿਲਮ ਜਿਹੜੀ ਹੈ
1500-1600 सैलमे लग रही है तो सारी प्लैनिंग यही होनी चाहिए। सानू अपने प्रोड्यूसर नू दसना चाहिए कि इहदे ते किन्ने पैसे लगने ने, असी दसदे कुछ हैं हुंदा कुछ है, हौली हौली असी हुण लै तो उत्थे ही आंदे हैं जिन्ने पैसे सोचे होंदे ने, लेकिन एक उहदा रिजल्ट कोई नहीं हुंदा। कॉन्टैक्ट जिहड़ा रिजल्ट कोई नहीं हुंदा, ये रिजल्ट गल है कि काम करते रहोगे, काम करो, सड़ो ना, मिल के काम करिए, तो इंशाल्लाह ताला साड़ी इंडस्ट्री सराबी करेगी, जरूर साड़ियां फिल्मां भी लगनगियां, उसनू उस म्यार नू उत्थे लै आईए। गल है कि मेरे उस्ताद अमानुल्लाह खान साहब कहते होंगे सन कि पलवान बनाओ ढाओ ना, तो जो तुम पलवान ढा दोगे ना वह मुक जाएगा, तो स जो स जो कुछ सानू आ असी उन्होंने दस दें, जो कुछ उन्होंने आता उस सन दस दें। गल तो है पंजाब की चढ़दा पंजाब तो लहिंदा पंजाब, तुहानू पता है कि लोग तुहानू बहुत प्यार करते हैं, सानू बहुत प्यार करते हैं, असी उन्होंने बहुत प्यार करते हैं, जो कट्ठे होंगे ना मिलते हैं एक दूसरे को, तो वह जो इजहार होंगे जो असं कभी कर नहीं सकते वो फिर निकल के बाहर आता है, तो वह रिजल्ट है। क्या वजह है कि हमारे जो फिल्म स्टार थे वो घरों में बैठ गए, हमारे जो थिएटर के फनकार थे वो टीवी पर भी छा गए और फिल्म इंडस्ट्री में भी छा गए, तो जो फिल्म इंडस्ट्री के फनकार थे वो रिश्ते लेने को तैयार ही नहीं, फिल्में तैयार पड़ी हैं लगाने को तैयार नहीं, लेकिन आप लोग जो है वो दूसरे ममालिक में जाके फिल्में शूट करते और आकर मुल्क में लगा देते हैं। अच्छा पहली गल तो है कि थिएटर के फनकार या फिल्म के फनकार या पाकिस्तान के फनकार असी कोई किसी तो वध नहीं है, तो बड़े व्डे फनकार ने साडे आर्टिस्ट ने उन्होंने ना है ने, तो अज जिक्र हो रहा उन्होंने, गल ये कि साडे लई साडे सारे काबले एहतराम ने जिन्ने भी ने साडे फिल्म दे सीनियर फनकार जूनियर फनकार टीवी दे फनकार साडे बहुत काबले एहतराम ने। गल ये कि अगर एक जिवें होंदा ना कि मिल के चलना, एक दूसरे नाल गल करनी, एक दूसरे की गल सुननी, तो फिल्म अच्छी बन सकती है अगर असी मिल के, कोई एडी गल नहीं गी, कोई एडा मतलब कि कहिंदे कि मतलब कि कोई इन्ना इन्ना इन्वेस्टमेंट इन्नी नहीं हैगी, सिर्फ बैठ के एक दूसरे नाल मिल के असी आप मिल के अच्छी फिल्म बना सकते हैं, और बहुत जल्द मतलब कि इस तरह होने वाला है, तुम सारे इतें ही हो कि इतें फिल्म शुरू होगी जी, इंडिया और पंजाबी चढ़दा पंजाब तो लहिंदा पंजाब दे दोवें शूट इतें ही होंगे, यानी कि यूके नहीं होंगे, पाकिस्तान भी शूट होएगा तो चढ़दे पंजाब तो लहिंदे पंजाब भी शूट होएगा। ये फिल्म एक उन्होंने जी जी अगली नैक्सट जो प्रोजेक्ट है, जो फिल्में पाकिस्तान में लग रही हैं इस पर हमारी अपनी हल्का अहबाब हमारी इंडस्ट्री के लोगों को भी काफ़ी तादाद है, वो समझते हैं कि शायद ये फिल्में आएंगी तो फिल्म भी जो है ना वो सिनेमा नहीं आएगा सर, पाकिस्तानी फिल्में प्रशंसक सर देखो रौनक लगी ना, रौनक लगी ना, तुम आए तुम्हारा बहुत थैंक्स, तो मैं पाकिस्तानी गवर्नमेंट का होर शुक्रिया अदा करता। देखो सैलमे आबाद होने तो काम चलेगा, एक चीज़ हैगी लड़ते रहेंगे झगड़ते रहेंगे कि ए नहीं होना चाहिए वो नहीं होना चाहिए, ऑडियंस को तफरी मिलनी चाहिए, साढ़े को किन्ना कसन का टाइम हैगा या साढ़े को इंजॉय करने का किन्ना टाइम हैगा, साढ़े को इंटरटेनमेंट है कि पहली साड़ी इंटरटेनमेंट फिल्म सी कि फिर थिएटर बाद थिएटर होंदा सी, हुण ऐसा सिर्फ थिएटर रह गया या टीवी रह गया ड्रामा रह गया है, तो जो असी मिल के काम करांगे तो जरूर अच्छा रिजल्ट आएगा, वो साड़ी इंडस्ट्री का नाँ होगा, मेरा नाँ है मेरे पाकिस्तान का नाँ है। कोई फनकार देखो बाहर काम करना, बाहर किन्ने लोग काम करते हैं, अरबपति हो गए ना लंडन के बिजनेस कर रहे हैं वो भी तो बाहर ही काम करते हैं, इस जो आने की रिस्पैक्ट होती है, चौरी साहब आ गए जी हाँ लंडन माशाल्लाह ठीक है, तो ये फनकार भी या आर्टिस्ट भी जेडे भी किसी फील्ड नाल है रिलेटेड, तो असी अपने मुल्क ही काम कर रहे हैं, जिते अगर फिल्म उत्थे रिलीज़ होंदी है तो लोग बाहर निकल के रिव्यू देते हैं, तो वो यही कहते हैं कि पाकिस्तानी फनकारों ने कैसा काम, साडे मुल्क का नाम है, तो मिल के काम करेंगे इंशाल्लाह बहुत अच्छा काम होगा। थैंक यू, थैंक यू, थैंक यू, बहुत शुक्रिया।